ਹਾਂਜੀ, ਕੀ ਹਾਲ ਚਾਲ ਦੋਸਤੋ? ਆਈ ਹੋਪ ਸਾਰੇ ਜਣੇ ਵਧੀਆ ਹੋਣਗੇ। ਅਤੇ ਅੱਜ ਆਪਣਾ 16ਵਾਂ ਦਿਨ ਹੈ ਹਿੰਦੂ ਕੁਸ਼ ਡੇ ਦਾ। 1600 ਮੀਟਰ ਜਾਣੀ ਕਿ ਆਪਾਂ ਲਗਾ ਲਈ, ਠੀਕ ਹੈ। ਅਤੇ ਹੁਣ ਆਪਾਂ ਚਾਹੁੰਦੇ ਹਾਂ ਐਕਸਰਸਾਈਜ਼ ਲਗਾਉਣ। ਅੱਜ ਆਪਾਂ ਕੁਛ ਕੁ ਹਿਪਸ ਵਾਲੀਆਂ ਅਤੇ ਅਲੈਗਸ ਵਾਲੀ ਐਕਸਰਸਾਈਜ਼ ਲਗਾਵਾਂਗੇ, ਜਿਹਦੇ ਨਾਲ ਜਿਹੜੀ ਆਪਣੀ ਪਿੰਡੀਆਂ ਕਹਿੰਦੇ ਆ, ਜਿਹਨੂੰ ਕਹਿੰਦੇ ਆ ਨਾ, ਉਹ ਸਟਰੋਂਗ ਹੋਣ, ਕਿਉਂਕਿ ਉਹ ਸਟਰੋਂਗ ਹੋਣਗੀਆਂ ਤਾਂ ਆਪਣੇ ਤੋਂ ਥੋੜ੍ਹਾ ਫਾਸਟ ਭੱਜਿਆ ਜਾਊਗਾ। ਚਲੋ ਆ ਜਾਓ, ਲੈ ਲੈਂਦੇ ਹਾਂ ਅਲੈਗਸ ਵਾਲੀ ਐਕਸਰਸਾਈਜ਼ ਔਰ ਹਿੰਦੀ ਪੁਸ਼। ਚਲੋ ਜੀ, ਮਤਲਬ ਕਾਫੀ ਸਾਰੇ ਹਿੰਦੂ ਕੁਸ਼ ਤੁਸੀਂ ਡੇਲੀ ਲਗਾਓਗੇ ਤਾਂ ਤੁਹਾਡੇ ਪੂਰੀ ਬੋਡੀ ਦੀ ਜਿਹੜੀ ਹੈਗੀ ਵਾਰਮ ਅਪ ਹੁੰਦਾ, ਪੂਰੀ ਬੋਡੀ ਦੀ ਸਟਰੈਚਿੰਗ ਹੁੰਦੀ ਹੈ, ਪੂਰੀ ਬੋਡੀ ਦੀ ਸਟਰੈਂਥ ਵੱਧਦੀ ਹੈਗੀ। ਕਿਉਂਕਿ ਅਗਰ ਤੁਸੀਂ ਡੇਲੀ 40-50 ਜਾਂ 60 ਲਾਉਂਦੇ ਹੋਗੇ ਤਾਂ ਤੁਹਾਡੇ ਜਿਹੜੇ ਕੀ ਹੁੰਦੇ ਆਪਣੇ ਅਪਰ ਬੋਡੀ ਹੋ ਗਈ, ਸ਼ੋਲਡਰ ਹੋ ਗਏ, ਆਰਮਸ ਹੋ ਗਈ, ਲੈਗਸ ਹੋ ਗਈ, ਠੀਕ ਹੈ, ਪੇਟ ਹੋ ਗਈ, ਸਭ ਦੀ ਜਿਹੜੀ ਸਟਰੈਂਥ ਆ ਉਹ ਵਧਾਉਂਦੀ ਹੈਗੀ। ਜਿਹੜੀ ਫੈਟ ਹੈਗੀ ਉਹ ਖਤਮ ਕਰਦੀ ਹੈਗੀ, ਬਰਨ ਕਰਦੀ ਹੈ, ਠੀਕ ਹੈ। ਤੁਸੀਂ ਡੇਲੀ ਲਗਾਓ, ਅਪਰ ਇਸ ਤੋਂ ਪਹਿਲਾਂ ਤੁਸੀਂ ਥੋੜ੍ਹੀ ਬਹੁਤੀ ਰਨਿੰਗ ਕਰਕੇ ਆਓ। 1-2 ਕਿਲੋਮੀਟਰ ਦੀ ਬਸ ਬਹੁਤ ਹੈਗੀ, ਅਗਰ ਜ਼ਿਆਦਾ ਕਰਨੀ ਤਾਂ ਤੁਸੀਂ ਜ਼ਿਆਦਾ ਵੀ ਕਰ ਸਕਦੇ ਹੋ, ਬਟ ਮੈਂ ਯੂਜ਼ ਮੈਂ 1600 ਮੀਟਰ ਤੱਕ ਰਨਿੰਗ ਕਰ ਦਿਆਂਗਾ, ਠੀਕ ਹੈ। ਅਤੇ ਚਲੋ ਦੇਖੋ ਤੁਸੀਂ ਹਿੰਦੂ ਕੁਸ਼ ਕਿਵੇਂ ਲਗਾਉਂਦੇ, ਤਰੀਕਾ ਵੀ, ਅਗਰ ਥੱਕ ਜਾਂਦੇ ਹੋ ਤਾਂ ਕੋਈ ਚੱਕਰ ਨਹੀਂ, ਲਗਾਓ ਫਿਰ ਤੁਹਾਨੂੰ ਜ਼ਿਆਦਾ ਜ਼ੋਰ ਲੱਗ ਜਾਏਗਾ, ਠੀਕ ਹੈ। ਚਲੋ ਤੁਸੀਂ ਦੇਖੋ। ਆਪਾਂ ਘਰੇ ਚੱਲਦੇ ਹਾਂ, ਐਕਸਰਸਾਈਜ਼ ਵਗੈਰਾ ਆਪਣੀ ਪੂਰੀ ਹੋ ਗਈ, ਹੁਣ ਆਪਾਂ ਘਰ ਜਾ ਕੇ ਆਪਣੀ ਜਿਹੜੀ ਡੇਲੀ ਡਾਇਟ ਹੈਗੀ ਆ ਉਹ ਪੂਰੀ ਕਰਦੇ ਹਾਂ। ਡਾਇਟ ਦੇ ਵਿੱਚ ਮੈਂ ਯੂਜ਼ ਕਰਦਾ 2 ਬਨਾਨਾ, ਠੀਕ ਹੈ, 300 ml ਦੁੱਧ, ਅਤੇ ਇੱਕ ਚਣੇ ਸੇਤੂ ਵਾਲਾ ਪਾਊਡਰ, ਓਟਸ ਦਾ ਪਾਊਡਰ, ਮਤਲਬ ਉਹਨਾਂ ਨੂੰ ਮਿਕਸ ਕਰਕੇ ਫਿਰ ਉਹਦੇ ਬਾਅਦ ਉਹਨਾਂ ਨੂੰ ਗ੍ਰਾਇੰਡ ਕਰਕੇ ਫਿਰ ਉਹ ਪੀਂਦੇ, ਠੀਕ ਹੈ। ਚਲੋ ਚੱਲਦੇ ਹਾਂ ਆਪਾਂ, ਜੈ ਸ਼੍ਰੀ ਰਾਮ।